ਹੋ ਗਿਆ ਲੈਬ ਤੋਂ, ਮੈਨੂੰ ਲੱਗਦਾ ਜੁੜ ਗਿਆ 8 ਜਣੇ। ਜੁੜ ਜਾਓ ਸਾਰੇ। ਆਪਾਂ ਗੱਲ ਕਰਨੀ ਆ ਅੱਜ ਓਨਲੀ ਵੀ ਜਿਹੜੀ ਲਿਸਟ ਲੱਕੀ ਕਰਾ ਲਈ ਭਾਜੀ, ਚਲੋ ਆਪਣੇ ਤੋਂ ਵੱਡਾ ਆਪਾਂ ਭਾਜੀ ਕਹਾਂਗੇ, ਬਿੱਟੂ ਜਸਪਾਲ ਬੰਗਰ ਜੋ ਨੌਰਥ ਇੰਡੀਆ ਫੈਡਰੇਸ਼ਨ ਦਾ ਪ੍ਰਧਾਨ ਆ, ਉਹਦੇ ਬਾਰੇ ਠੀਕ ਹੈ। ਉਹ ਵੀ ਆਪਾਂ ਤੋਂ ਸੀਨੀਅਰ ਆ ਬਹੁਤ, ਉਹਨਾਂ ਦੀ ਉਮਰ, ਆਪਾਂ ਉਹਨਾਂ ਬਾਰੇ ਗੱਲ, ਉਹ ਲਿਸਟ ਬਾਰੇ ਗੱਲ ਕਰਨੀ ਹੈ ਆਪਾਂ। ਉਹਨਾਂ ਨੇ ਪੇਜਾਂ ਵਾਲਿਆਂ ਨੂੰ ਮਾੜਾ ਕਿਹਾ ਸੀ, ਜਸਟ ਆਪਾਂ ਉਹਤੇ ਲੈ ਹੋਏ ਹਾਂ। ਜੁੜ ਗਏ ਸਾਰੇ, ਚੱਲ ਕਰੀਏ ਸ਼ੁਰੂ। ਵੀਰੇ ਜਿਹੜੀ ਪਹਿਲਾਂ ਲਿਸਟ ਆਈ ਸੀ ਨਾ ਆਪਣੇ ਪੇਜ ਨੇ ਪਾਈ ਤੀ, ਸਭ ਤੋਂ ਪਹਿਲਾਂ ਆਈ ਤਾਂ ਉਹ ਫੈਡਰੇਸ਼ਨ ਆਇਆਂ ਨੂੰ ਪਤਾ ਵੀ ਕਿੱਥੋਂ ਆਈ ਆ ਠੀਕ ਹੈ। ਉਹ ਲਿਸਟ ਇਹ ਕਹਿੰਦੀ ਸੀ ਫੇਕ ਆ, ਜਿਹੜੀ ਆ ਨਵੀਂ ਲਿਸਟ ਆਈ ਆ ਅਤੇ ਉਹ ਲਿਸਟ ਦੇ ਵਿੱਚ ਮੈਨੂੰ ਕੋਈ ਫਰਕ ਕਰਕੇ ਦਿਖਾ ਦਿਓ ਵੀ ਉਹ 'ਚ ਫਰਕ ਕੀ ਹੈ ਠੀਕ ਹੈ, ਫਰਕ ਦੱਸਿਓ ਕੀ ਆ। ਇੱਕ ਗੱਲ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ, ਆਪਣੇ ਪੇਜ 'ਤੇ ਪੁਰਾਣੀ ਲਿਸਟ ਪਈ ਆ, ਨਵੀਂ ਲਿਸਟ ਮੈਂ ਤੁਹਾਨੂੰ ਜਾਂ ਤਾਂ ਕਮੈਂਟਾਂ ਦੇ ਵਿੱਚ ਪਾ ਦੂੰਗਾ ਜਾਂ ਮੈਂ ਬਾਅਦ ਦੇ ਵਿੱਚ ਅਪਲੋਡ ਕਰ ਦਾਂਗੇ ਅਸੀਂ ਜਿੱਦਾਂ ਕਹੋਗੇ। ਉੱਥੇ ਇੱਕ ਚੀਜ਼ ਹੋਰ ਨੋਟ ਕਰ ਲਓ ਵੀ ਉੱਥੇ ਪੁਰਾਣੀ ਲਿਸਟ 'ਤੇ ਵੀ ਸੰਦੀਪ ਦੇ ਡੈਡ ਦਾ ਨਾਂ ਸੋਹਣ ਸਿੰਘ ਆ ਅਤੇ ਨਵੀਂ ਲਿਸਟ 'ਚ ਵੀ ਸੰਦੀਪ ਦੇ ਡੈਡੀ ਦਾ ਨਾਂ ਸੋਹਣ ਸਿੰਘ ਆ। ਤੂੰ ਐਂ ਦੱਸੋ ਵੀ ਜੇ ਲਿਸਟ ਆ ਉਹ ਫੇਕ ਸੀ ਤਾਂ ਫਿਰ ਉਹਦੀ ਕਿੱਦਾਂ ਨਾਂ ਆ ਗਿਆ, ਨਵੀਂ ਲਿਸਟ 'ਤੇ ਸਹੀ ਨਾਂ ਕਰਦੇ ਡੈਡੀ ਦਾ, ਉਹ 'ਤੇ ਵੀ ਉਹੀ ਆ। ਮਤਲਬ ਇਹਦਾ ਮਤਲਬ ਵੀ ਉਹ ਲੀਕ ਤੁਸੀਂ ਕਰਵਾਈ ਸੀ ਜਾਂ ਕਰੀ ਆ ਠੀਕ ਹੈ ਗੱਲ। ਸਹੀ ਨਹੀਂ ਗੱਲ, ਲੀਕ ਉਹ ਆਪ ਕਰਵਾ ਕੇ ਲੀਕ ਬਾਅਦ 'ਚ ਪੇਜਾਂ ਨੂੰ ਦੋਸ਼ ਦੇ ਤਾ ਵੀ ਪੇਜਾਂ ਇੱਦਾਂ ਕਰਦੇ ਹਾਂ। ਉਹ ਭਰਾਵੋ ਸਾਨੂੰ ਕਿਹੜਾ 2013 ਦੇ ਪੇਜ ਚਲਾਉਣੇ ਆ ਅਸੀਂ, ਨਾ ਤਾਂ ਅਸੀਂ ਆਪਦੇ ਚੈਨਲ ਦੇ ਕੋਈ ਸਬਸਕ੍ਰਾਈਬਰ ਵਧਾਉਣੇ ਆ ਠੀਕ ਹੈ, ਨਾ ਅਸੀਂ ਲਾਇਕ ਵਧਾਉਣੇ ਆ। ਜਿਹਨਾਂ ਜਿਹੜਾ ਜਿਹਨੂੰ ਸਾਡਾ ਪੇਜ ਚੰਗਾ ਲੱਗਦਾ ਉਹ ਜੁੜ ਜਾਓ, ਜਿਹਨੂੰ ਨਹੀਂ ਚੰਗਾ ਲੱਗਦਾ ਅਨਲਾਈਕ ਕਰ ਦਿਓ ਯਾਰ, ਨੋ ਪ੍ਰੋਬਲਮ ਠੀਕ ਹੈ। ਆਪਾਂ ਦਾ ਜੋ ਕੁਆਲਿਟੀ ਦੇ ਵਿੱਚ ਸਹੀ ਹੁੰਦਾ ਉਹ ਦੱਸਣਾ ਸਾਨੂੰ ਠੀਕ ਹੈ, ਸਾਨੂੰ ਨਹੀਂ ਲੋੜ ਕਿਸੇ ਲਾਇਕ ਦੀ ਭਰਾਵੋ, ਨਾ ਕਿਸੇ ਕੋਈ ਫੇਮਸ ਦੀ, ਨਾ ਅਸੀਂ ਕੁਛ ਲੈਣਾ ਠੀਕ ਹੈ ਨਹੀਂ ਗੱਲ। ਅਸੀਂ ਕੀ ਲੈਣਾ ਫੇਮਸ ਹੋ ਕੇ, ਜਿਹਨੇ ਹੋਣਾ ਹੋਈ ਚੱਲੋ, ਸਾਨੂੰ ਪੇਜਾਂ ਨੂੰ ਐਵੇਂ ਮਾੜਾ ਕਹੀ ਜਾਂਦੇ ਨੇ। ਸਾਡੇ ਕੋਲੋਂ ਲਿਸਟ ਕਿੱਥੋਂ ਆਈ ਵੀਰੇ, ਇਹ ਤਾਂ ਹੁਣ ਫੈਡਰੇਸ਼ਨ ਆਏ ਦੱਸਣਗੇ ਕਿੱਥੋਂ ਆਈ, ਉਹੀ ਸੇਮ ਲਿਸਟ ਆ ਜੇ ਕਹੋ ਤਾਂ ਸਾਡੇ ਪੇਜ 'ਤੇ ਪਈ ਆ, ਅਤੇ ਤੁਸੀਂ ਜਿਹੜੀ ਨਵੀਂ ਲਿਸਟ ਆਏ ਟੀਮ ਪੰਜਾਬੀਆਂ ਨੇ ਪਾਈ ਆ ਉਹ ਲਿਸਟ 'ਤੇ ਸਾਡੀ ਲਿਸਟ ਮਿਲਾ ਕੇ ਦੇਖ ਲਿਓ, ਉਹ ਲਿਸਟਾਂ ਸੇਮ ਨੇ। ਤੁਸੀਂ ਮੈਂ ਤੁਹਾਨੂੰ ਇੱਕ ਐਗਜਾਮਪਲ ਦੇ ਦਿੱਤੀ ਨਾ ਵੀ ਸੰਦੀਪ ਦੇ ਡੈਡੀ ਦਾ ਨਾਂ ਦੋਨੇ ਲਿਸਟਾਂ 'ਤੇ ਸੇਮ ਆ ਠੀਕ ਹੈ, ਫਿਰ ਦੱਸੋ ਵੀ ਇਦੋਂ ਬਾਅਦ ਪਰੂਫ ਕੀ ਦੇਈਏ। ਫਿਰ ਹੁਣ ਸਾਡਾ ਸਵਾਲ ਆ ਲੱਕੀ ਕਰਾਲੀ ਨੂੰ ਅਤੇ ਬਿੱਟੂ ਜਸਪਾਲ ਬੰਗਰ ਨੂੰ ਸਾਡੇ ਪੇਜ ਵੱਲੋਂ ਅਤੇ ਸਾਰੇ ਪੇਜਾਂ ਵੱਲੋਂ ਹੀ ਆ, ਕਿਉਂਕਿ ਉਹਨਾਂ ਨੇ ਸਾਰੇ ਪੇਜਾਂ ਨੂੰ ਮਾੜਾ ਕਿਹਾ ਸੀ ਵੀ ਭਾਅ ਜੀ ਹੁਣ ਦੱਸੋ ਵੀ ਲਿਸਟ ਉਹ ਫੇਕ ਸੀ, ਨਹੀਂ ਸੀ ਨਾ ਓਰੀਜਨਲ ਸੀ, ਫਿਰ ਹੁਣ ਦੱਸੋ ਫਿਰ ਫੇਕ ਕਾਹਤੋਂ ਕਿਹਾ ਸੀ। ਬਾਕੀ ਗੱਲ ਇੱਕ ਚੀਜ਼ ਹੋਰ ਨੋਟ ਕਰਿਓ, ਪੰਜਾਬ ਫੈਡਰੇਸ਼ਨ ਆਈ ਲਿਸਟ ਤਾਂ ਸੇਮ ਹੀ ਉਹੀ ਆ, ਉਹ ਤਾਂ ਉਹੀ ਆ, ਬਾਕੀ ਉਹ ਤਾਂ ਕਰੋਪ ਕਰਕੇ ਉਹਨਾਂ ਨੇ ਆਪਦੇ ਉੱਤੇ ਉੱਤੇ ਲੈਟਰ ਪੈਡ ਦੇ ਉੱਤੇ ਲਾਈ ਵੀ ਆ, ਚੈੱਕ ਕਰ ਲਿਓ ਵੀ ਸਮਾਰ ਕੇ ਠੀਕ ਹੈ। ਡਰੱਗ ਕੁਆਲਿਟੀ ਦੇ ਵਿੱਚ ਡਰੱਗ ਖਤਮ ਹੋਣਾ ਚਾਹੀਦਾ, ਆਪਾਂ ਸਾਰੇ ਇਹ ਗੱਲ ਕਹਿੰਦੇ ਹਾਂ, ਪਰ ਆ ਜੋ ਪੇਜਾਂ ਨੂੰ ਕਹਿੰਦੇ ਆ ਤੁਸੀਂ ਪੇਜਾਂ ਨੇ ਇੱਦਾਂ ਉਹ ਕੀਤਾ, ਅਸੀਂ ਭਰਾਵੋ ਕੀ ਲੈਣਾ ਯਾਰ, ਸਾਨੂੰ ਕੀ ਲੋੜ ਆ ਠੀਕ ਹੈ। ਅੱਜ ਤਾਂ ਜੋ ਸਾਨੂੰ ਮਿਲਿਆ ਅਸੀਂ ਪਾਤਾ, ਜੇ ਉਹ ਝੂਠ ਆ ਤਾਂ ਦੱਸੋ, ਹੁਣ ਜਿਹੜੀ ਤੁਸੀਂ ਲਿਸਟ ਪਾਈ ਉਹ ਵੀ ਸੇਮ ਹੀ ਆ ਨਾ, ਹੈ ਵੀ
ਪੇਜਾਂ ਨੂੰ ਐਵੇਂ ਬਦਨਾਮ ਕਰੀ ਜਾਂਦੇ ਨੇ ਯਾਰ। ਹੁਣ ਬਿੱਟੂ ਭਾਅ ਜੀ ਫੇਸਬੁੱਕ ਨਹੀਂ ਚਲਾਉਂਦੇ ਤਾਂ ਉਹਨਾਂ ਨੂੰ ਸਾਡੀ ਵੀਡੀਓ ਜ਼ਰੂਰ ਪਹੁੰਚਾ ਦਿਓ, ਠੀਕ ਹੈ ਭਾਅ ਜੀ? ਹੁਣ ਨਵੀਂ ਲਿਸਟ ਅਤੇ ਪੁਰਾਣੀ ਲਿਸਟ 'ਚ ਫਰਕ ਵੀ ਦੱਸ ਦਿਓ ਸਾਨੂੰ, ਕੀ ਆ ਵੀ ਕੀ ਫਰਕ ਹੈ ਨਾ। ਐਗਜਾਮਪਲ ਤੁਹਾਨੂੰ ਮੈਂ ਦੇਤਾ, ਜੇ ਨਹੀਂ ਯਕੀਨ ਆਉਂਦਾ ਤਾਂ ਜਾ ਕੇ ਦੇਖ ਸਕਦੇ ਹੋ ਤੁਸੀਂ। ਰਹੀ ਗੱਲ ਡਰੈਕਟ ਟੈਸਟਾਂ ਦੀ, ਉਹ ਹੋਣੇ ਜ਼ਰੂਰੀ ਸੀ, ਠੀਕ ਹੈ ਵਧੀਆ, ਚਲੋ ਜੋ ਆਇਆ ਠੀਕ ਹੈ। ਅਤੇ ਬਸ ਹੁਣ ਤੁਹਾਡੇ ਨਾਲ ਇਹ ਗੱਲ ਕਰਨੀ ਸੀ, ਠੀਕ ਨਹੀਂ ਗੱਲ। ਬਾਕੀ ਇੱਕ ਮੈਨੂੰ ਪੇਜਾਂ ਆਉਂਦੀ ਬਹੁਤ ਮਾੜੀ ਗੱਲ ਲੱਗੀ, ਜਿਹੜੇ ਪੇਜਾਂ ਨੇ ਪੋਸਟ ਡਿਲੀਟ ਕੀਤੀ, ਡਿਲੀਟ ਕਰਨ ਦੀ ਕੀ ਲੋੜ ਆ ਯਾਰ, ਸਹੀ ਦੀ ਪੋਸਟ ਹੋ, ਆਪਾਂ ਕਿਹੜਾ ਆਪਦੇ ਕੋਲੋਂ ਬਣਾ ਕੇ ਪਾਈ ਸੀ ਲਿਸਟ, ਤਾਂ ਇਹਨਾਂ ਦੇ ਬੰਦਿਆਂ ਨੇ ਲੀਕ ਕੀਤੀ, ਆਪ ਲਿਸਟ ਲੀਕ ਕਰਕੇ ਖੁੰਦਕਾਂ ਤੁਹਾਡੀਆਂ ਆਪਸ ਵਿੱਚ ਨੇ, ਪਰ ਸਾਨੂੰ ਪੇਜਾਂ ਨੂੰ ਕਿਉਂ ਬਦਨਾਮ ਕੀਤਾ ਬਾਅਦ ਦੇ ਵਿੱਚ? ਉਹੀ ਤਾਂ ਬੰਦੇ ਆ ਸਾਰੇ, ਉਹੀ ਸਾਰਾ ਕੁਛ, ਆਪਦੀਆਂ ਖੁੰਦਕਾਂ ਤੁਸੀਂ ਦੂਜਿਆਂ 'ਤੇ ਕਿਉਂ ਕੱਢਦੇ ਹੋ? ਪੇਜਾਂ ਨੂੰ ਮਾੜਾ ਕਿਉਂ ਕਹਿੰਦੇ ਹੋ? ਪੇਜਾਂ ਦੀ ਗਲਤੀ ਆ, ਪੇਜਾਂ ਦਾ ਏਕਾ ਨਹੀਂ ਨਾ ਹੈਗਾ, ਤਾਂ ਕਰਕੇ ਪੇਜਾਂ ਮਾੜੇ ਬਣ ਜਾਂਦੇ ਆ। ਮੇਰੇ ਪੇਜਾਂ ਨੇ ਜਿਨ੍ਹਾਂ ਨੇ ਵੀਰਾਂ ਨੇ ਡਿਲੀਟ ਕੀਤੀ ਸੀ, ਉਹਨਾਂ ਦੀ ਬਹੁਤ ਵੱਡੀ ਗਲਤੀ ਹੈ, ਠੀਕ ਹੈ। ਬੱਪੂ ਮੈਂ ਆਹ ਗੱਲ ਦੁਬਾਰੇ ਦੱਸ ਦਿੰਦਾ ਵੀ ਜਿਹੜੀ ਪਹਿਲਾਂ ਲਿਸਟ ਕਹਿੰਦੇ ਸੀ ਨਾ ਫੈਡਰੇਸ਼ਨ ਆਏ ਅਤੇ ਲੱਕੀ ਕਰਾ ਲਈ ਵੀ ਫੇਕ ਆ, ਉਹ ਲਿਸਟ ਦੇ ਵਿੱਚ ਸੰਦੀਪ ਦੇ ਡੈਡੀ ਦਾ ਨਾਂ ਸੋਹਣ ਸਿੰਘ ਸੀ, ਫੇਕ ਲਿਸਟ 'ਚ, ਜਿਹੜੀ ਇਹ ਫੇਕ ਕਹਿੰਦੇ ਸੀ ਰੀਜਨਲੀ ਹੈ ਤਾਂ ਉਹ। ਜਦੋਂ ਦੁਬਾਰੇ ਲਿਸਟ ਆਈ ਆ ਉਹ 'ਚ ਵੀ ਸੰਦੀਪ ਦੇ ਡੈਡੀ ਦਾ ਨਾਂ ਸੋਹਣ ਸਿੰਘ ਹੀ ਹੈ, ਵੀ ਦੱਸੋ ਵੀ ਉਹਦੇ ਡੈਡੀ ਦਾ ਨਾਂ ਤਾਂ ਦੋਨੇ ਲਿਸਟਾਂ 'ਚ ਸੇਮ ਆ, ਬਾਕੀ ਉਹ ਨਾਂ ਗਲਤ ਆ ਕਿਉਂਕਿ ਡੈਡੀ ਦਾ ਨਾਂ ਸਮਰਨ ਸਿੰਘ ਆ, ਤਾਂ ਇੱਥੋਂ ਹੀ ਲਾ ਲਓ, ਇੱਥੋਂ ਹੀ ਲਾ ਲਓ ਵੀ ਉਹ ਲਿਸਟ ਸਹੀ ਸੀ ਨਾ, ਫਿਰ ਇਹਨਾਂ ਨੇ ਫੇਕ ਕਦੋਂ ਕਿਹਾ ਫੈਡਰੇਸ਼ਨ ਅਤੇ ਲੱਕੀ ਕਰਾਲੀ ਨੇ? ਗੱਲ ਲਿਸਟਾਂ ਸਾਰੀਆਂ ਕੁਛ ਸਾਰਾ ਕੁਛ ਸੇਮ ਸੀ, ਠੀਕ ਹੈ। ਇਹ ਲੀਕ ਵੀ ਇਹਨਾਂ ਨੇ ਆਪ ਕਰਵਾਈ ਹੈ, ਠੀਕ ਹੈ। ਉਹ ਜੇ ਕਿਸੇ ਨੂੰ ਕੋਈ ਕਲੀਅਰ ਕਰਨਾ ਨਾ ਤਾਂ ਕਰ ਲਿਓ, ਮੈਂ ਨੰਬਰ ਮੇਰਾ ਇਨਬੋਕਸ 'ਚ ਮੰਗ ਲਓ, ਮੈਂ ਦੱਸ ਦੂੰਗੀ ਕਾਹਤੋਂ ਸਾਰਾ ਕੁਛ ਹੋਇਆ। ਆਪਾਂ ਵੀ ਕਬੱਡੀ 'ਚ ਹੀ ਰਹਿੰਦੇ ਹਾਂ ਵੀਰੇ, ਆਪਾਂ ਨੂੰ ਵੀ ਸਾਰਾ ਕੁਛ ਪਤਾ A to Z ਕਬੱਡੀ 'ਚ ਕੀ ਨਹੀਂ ਹੋ ਰਿਹਾ, ਕੀ ਹੋ ਰਿਹਾ। ਬਾਕੀ ਫੈਡਰੇਸ਼ਨ ਨੂੰ ਬੇਨਤੀ ਹੈ ਕਿ ਤੁਸੀਂ ਸਾਨੂੰ ਤੁਸੀਂ ਮਾੜਾ ਕਿਹਾ ਨਾ, ਪੈਸੇ ਤਾਂ ਤੁਸੀਂ ਲੈਂਦੇ ਹੋ, ਕਬੱਡੀ ਸੁਧਾਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ? ਅਸੀਂ ਤਾਂ ਫ੍ਰੀ 'ਚ ਕਰਦੇ ਹਾਂ, ਜੋ ਕੁਛ ਕਰਦੇ ਹਾਂ, ਜਾਂ ਜਿਹੜੇ ਲਾਈਵ ਕਰਦੇ ਉਹ ਪੈਸਾ ਲੈਂਦੇ, ਸਾਨੂੰ ਕੀ ਮਿਲਦਾ? ਸਾਨੂੰ ਤਾਂ ਵਿਚਾਰੇ ਟੂਰਨਾਮੈਂਟਾਂ 'ਚ ਸਨਮਾਨ ਕਰ ਦਿੰਦੇ ਆ, ਕਿਤੇ ਨਹੀਂ ਵੀ ਕਰਦੇ ਜਾਂ ਕਰ ਦਿੰਦੇ ਆ, ਕੋਈ ਚੱਕਰ ਨਹੀਂ, ਤਾਂ ਉਹ ਵੀ ਨਹੀਂ ਲੈ ਕੇ ਮੰਗਦੇ, ਤੁਸੀਂ ਪੈਸੇ ਲੈਂਦੇ ਹੋ, ਤੁਸੀਂ ਹਰੇਕ ਥਾਵਾਂ ਫੈਡਰੇਸ਼ਨ ਫੀਸ ਲੈਂਦੇ ਹੋ, ਕਬੱਡੀ ਸੁਧਾਰ ਤੁਸੀਂ ਕਰਨਾ, ਅਸੀਂ ਥੋੜ੍ਹਾ ਕਰਨਾ? ਕਬੱਡੀ ਸੁਧਾਰ ਉਹ ਕਰੋਪ ਕਰਕੇ, ਬਾਕੀ ਇੱਕ ਗੱਲ ਹੋਰ, ਜਿੱਦਾਂ ਇਹਨਾਂ ਨੇ ਲੈਬ ਹੋਏ ਨੇ ਨਾ, ਇਹ ਨੌਰਥ ਫੈਡਰੇਸ਼ਨ ਆਏ, ਇਹ ਕਹਿੰਦੇ ਸੀ ਫੇਕ ਆ ਲਿਸਟ ਦੋਨੇ ਫੈਡਰੇਸ਼ਨ, ਅਸੀਂ ਜਾਰੀ ਕਰਾਂਗੇ। ਉਹ ਉਦੋਂ ਪਹਿਲਾਂ ਤਾਂ ਅਜੀਤ ਅਖਬਾਰ 'ਚ ਉਹਨਾਂ ਦੀ ਖਬਰ ਵੀ ਆ ਚੁੱਕੀ ਸੀ, ਪੰਜਾਬ ਫੈਡਰੇਸ਼ਨ ਆਉਂਦੀ, ਅਸੀਂ 20 ਫਰਵਰੀ ਤੱਕ ਬੈਨ ਕਰਤੇ ਪਲੇਅਰ, ਅੱਜ ਤਾਂ ਲਿਸਟ ਜਾਰੀ ਕਰਤੀ, ਫਿਰ ਦੱਸੋ। ਇਸ ਕਰਕੇ ਵੀਰੋ ਕਿਸੇ ਦਾ ਕਸੂਰ ਨਾ ਕੱਢੋ, ਜੇ ਆਪਦੀਆਂ ਛੋਟੀਆਂ ਜਿੱਦ ਖਿਜਾਂ ਨੇ ਨਾ ਪਲੇਅਰਾਂ ਨਾਲ, ਜਿਹਦੇ ਨਾਲ ਮਰਜ਼ੀ, ਪਰ ਉਹ ਆਪਦੇ ਆਪਸ ਵਿੱਚ ਕੱਢੋ, ਪਰ ਪੇਜਾਂ ਨੂੰ ਬਦਨਾਮ ਨਾ ਕਰੋ, ਠੀਕ ਨਹੀਂ ਗੱਲ? ਲਿਸਟ ਤੁਸੀਂ ਪਹਿਲਾਂ ਹੀ ਤਿਆਰ ਕਰੀ ਬੈਠੇ ਹੋ, ਸਾਰਾ ਕੁਛ ਤੁਸੀਂ ਆਪ ਜਾਣ ਬੁੱਝ ਕੇ ਆਪ ਲੀਕ ਕੀਤੀ, ਵੀ ਹੁਣ ਲੀਕ ਕਿਉਂ ਕੀਤੀ, ਹੁਣ ਇਹ ਦੱਸਣ ਜਾਂ ਲੀਕ ਦੀ ਜਾਂਚ ਕਰਵਾਉਣ, ਕਿਉਂਕਿ ਸਾਡੇ ਕੋਲ ਤਾਂ ਅਸੀਂ ਤਾਂ ਫੈਡਰੇਸ਼ਨ 'ਚ ਹੈ ਨਹੀਂ, ਫੈਡਰੇਸ਼ਨ 'ਚ ਤੁਹਾਡੇ ਆਪਦੇ ਬੰਦੇ ਨੇ, ਆਪਦੇ ਪੁੱਛੋ ਫਿਰ ਜਾਂਚ ਕਰੋ ਵੀ ਕਿਹਨੇ ਲੀਕ ਕੀਤੀ ਆ, ਦੱਸੋ। ਹਰੇਕ ਜਾ ਕੇ ਪੇਜਾਂ ਨੂੰ ਮਾੜਾ ਬੋਲਣ ਲੱਗ ਜਾਂਦਾ, ਹਰੇਕ ਪੇਜਾਂ ਨੂੰ ਦੇਣਾ ਕੀ ਹੈ ਯਾਰ ਕਿਸੇ ਦਾ? ਬਾਕੀ ਸਾਰੇ ਪੇਜਾਂ ਨੂੰ ਬੇਨਤੀ ਆ ਵੀਰੋ, ਏਕਾ ਰੱਖੋ, ਆਪਾਂ
ਆਪਾਂ ਸੇਵਾ ਕਰਦੇ ਹਾਂ, ਨਾ ਕਿ ਇਹਨਾਂ ਵਾਂਗੂ ਪੈਸੇ ਕਮਾਉਣੇ ਆ ਕਿਸੇ ਫੁਟਰੇਸ਼ਨ ਵਾਂਗੂ ਜਾਂ ਕਿਸੇ ਲਾਇਆ ਹੋਇਆ ਵਾਂਗੂ। ਹੁਣ ਲੱਕੀ ਕਰਾਲੀ ਵੀਰ ਨੂੰ ਬੇਨਤੀ ਹੈ, ਪਲੀਜ਼ ਤੂੰ ਵੀ ਜ਼ਰੂਰ ਜਵਾਬ ਦੇ ਕਿ ਜਿਹੜੀ ਲਿਸਟ ਨਵੀਂ ਅਤੇ ਪੁਰਾਣੀ ਲਿਸਟ 'ਚ ਫਰਕ ਕੀ ਹੈ। ਪਲੀਜ਼ ਇਹ ਜਵਾਬ ਜ਼ਰੂਰ ਦੀ। ਫੈਡਰੇਸ਼ਨ ਨੂੰ ਵੀ ਬੇਨਤੀ ਆ ਅਤੇ ਲੱਕੀ ਕਰਾਲੀ ਵੀਰ ਨੂੰ ਵੀ ਬੇਨਤੀ ਆ। ਵੱਡਾ ਮੈਥੋਂ ਮੇਰਾ ਵੀਰ ਮਿਲਿਆ ਵੀ ਮੈਨੂੰ ਵਧੀਆ ਸੁਭਾਅ ਬੰਦੇ ਦਾ, ਪਰ ਆਹ ਚੀਜ਼ ਦਾ ਜ਼ਰੂਰ ਨਹੀਂ ਵੀਰੇ, ਅਸੀਂ ਪੈਸਾ ਕਮਾਉਣੀ ਆ ਇਹਦੇ ਵਿੱਚ, ਠੀਕ ਹੈ, ਨਾ ਸਾਨੂੰ ਕੁਛ ਮਿਲਣਾ ਇੱਥੋਂ। ਸਿਗਨੇਚਰ ਆਇਆ ਪੁਆਇੰਟ ਮੈਂ ਦੱਸਿਆ ਸਿੱਧੂ, ਸਿਗਨੇਚਰ ਆਇਆ ਪੁਆਇੰਟ ਉਹ ਥੱਲੇ 'ਤੇ, ਉਹ ਤਾਂ ਕਰੋਪ ਕਰਕੇ ਲਾਇਆ ਹੋਇਆ ਯਾਰ ਉਹਨਾਂ ਨੇ ਸਿਗਨੇਚਰ, ਜਿਹੜੀ ਲੈਟਰ ਪੈਡ ਉਹਨਾਂ ਦੀ ਆਪਦੀ ਨਾ, ਉਹਦੇ ਉੱਤੇ ਉਹਨਾਂ ਨੇ ਕਰੋਪ ਕਰਕੇ ਬਸ ਉਹ ਲਾਤੀ। ਉਹ ਤਾਂ ਇੱਦਾਂ ਸ਼ੋਅ ਕਰਤਾ, ਉਹ ਤੋਂ ਪਹਿਲਾਂ ਤਾਂ ਉਹਨਾਂ ਦਾ ਜੀਤ ਅਖਬਾਰ 'ਚ ਸੁਖਦਾਸਨ ਚਹਿਲ ਨੇ ਉਹ ਤੋਂ ਪਹਿਲਾਂ ਤਾਂ ਉਹਨਾਂ ਦੀ ਖਬਰ ਵੀ ਲਾ ਚੁੱਕਿਆ ਪੰਜਾਬ ਫੈਡਰੇਸ਼ਨ ਦੀ, ਉਹ ਇਹਨਾਂ ਦੇ ਲਿਸਟ ਪੇਜ 'ਤੇ ਆਉਣ ਤੋਂ ਪਹਿਲਾਂ ਤਾਂ, ਠੀਕ ਹੈ। ਪਲੀਜ਼ ਵੀਰੋ ਇਹ ਚੀਜ਼ਾਂ ਆਪਾਂ ਤੁਹਾਨੂੰ ਦੱਸਣੀਆਂ ਸੀ, ਠੀਕ ਹੈ। ਬਾਕੀ ਫੈਡਰੇਸ਼ਨਾਂ ਦਾ ਕੰਮ ਤੁਹਾਨੂੰ ਪਤਾ ਹੀ ਆਪਣੇ ਕਿੰਨਾ। ਜਦੋਂ ਇੱਕ ਗੱਲ ਮੈਨੂੰ ਹੋਰ ਦੱਸੋ, ਜਦੋਂ ਆਫ ਸੀਜ਼ਨ ਹੋ ਜਾਂਦਾ, ਹੁਣ ਆਫ ਆ ਸੀਜ਼ਨ, ਠੀਕ ਹੈ, ਉਦੋਂ ਫੈਡਰੇਸ਼ਨਾਂ ਕਿੱਥੇ ਜਾਂਦੀਆਂ ਨੇ? ਮੈਂ ਇੱਕ ਫੈਡਰੇਸ਼ਨ ਨੂੰ ਮਾੜਾ ਨਹੀਂ ਕਹਿੰਦਾ ਵੀ ਇਕੱਲੇ, ਮੈਂ ਨੌਰਥ ਨੂੰ ਮਾੜਾ ਕਹਿਣਾ ਜਾਂ ਮੈਂ ਪੰਜਾਬ ਨੂੰ ਮਾੜਾ ਕਹਿਣਾ, ਉਦੋਂ ਕਿੱਥੇ ਕਿਹੜੇ ਕੈਂਪ ਲਵਾਉਂਦੀਆਂ ਨੇ ਫੈਡਰੇਸ਼ਨ? ਕੁਛ ਨਹੀਂ ਨਾ ਕਰਦੀਆਂ, ਕੀ ਕਰਦੀਆਂ ਨੇ ਫੈਡਰੇਸ਼ਨ? ਮੈਨੂੰ ਤਾਂ ਲੱਗਦਾ ਨਹੀਂ ਕਿਸੇ ਨੇ ਕੈਂਪ ਲਵਾਓ। ਖਿਡਾਰੀਆਂ ਨੂੰ ਅਵੇਅਰਨੈਸ ਤਾਂ ਕਰੋ ਵੀ ਆਹ ਤੁਹਾਨੂੰ ਆਹ ਚੀਜ਼ ਤੁਹਾਨੂੰ ਮਾੜੀ ਆ, ਆਹ ਚੀਜ਼ ਤੁਹਾਡੇ ਲਈ ਚੰਗੀ ਆ, ਫਿਰ ਹੀ ਖਿਡਾਰੀ ਡਰੱਗ ਤੋਂ ਬਚਣਗੇ। ਜਦੋਂ ਆਪਾਂ ਕਰਨਾ ਤਾਂ ਇਹ ਨਹੀਂ, ਆਪਣਾ ਸਿਰਫ ਆਪਣਾ ਮਤਲਬ ਆ ਕੱਪ ਕਰਾਉਣੀ ਬਸ, ਧੜਾ ਅਸੀਂ ਕੱਪ ਉਹ ਤੋਂ ਜ਼ਿਆਦਾ ਕਰਾ ਦਈਏ, ਉਹ ਕਹਿੰਦੇ ਅਸੀਂ ਇਹਨਾਂ ਤੋਂ ਕਰਾ ਦਈਏ, ਠੀਕ ਨਹੀਂ ਗੱਲ। ਖਿਡਾਰੀਆਂ ਨੂੰ ਦੱਸੋ ਤਾਂ ਸਹੀ ਵੀ ਤੁਹਾਨੂੰ ਆਹ ਚੀਜ਼ ਤੁਹਾਡੇ ਲਈ ਚੰਗੀ, ਆਹ ਚੀਜ਼ ਤੁਹਾਡੇ ਲਈ ਮਾੜੀ ਆ। ਪਲੀਜ਼ ਥੋੜ੍ਹੀ ਮੋਟੀ ਤੁਸੀਂ ਪੈਸੇ ਲੈਂਦੇ ਹੋ, ਪੈਸੇ ਲੈਣ ਦਾ ਕੰਮ ਵੀ ਕਰੋ ਨਾ ਭਰਾਵੋ। ਕੋਈ ਭੇਜਾਂ ਆ ਵੀ ਪੈਸੇ ਤਾਂ ਨਹੀਂ ਲੈਂਦਾ ਜੇ ਕੋਈ, ਫਿਰ ਅਸੀਂ ਤਾਂ ਫ੍ਰੀ ਦੇ ਵਿੱਚ ਸੇਵਾ ਕਰਦੇ, ਫਿਰ ਵੀ ਅਸੀਂ ਮਾੜੇ ਵੱਜਦੇ ਹਾਂ ਯਾਰ, ਇੱਦੋਂ ਮਾੜੇ ਬਸ ਯਾਰ, ਕੁਛ ਆਪਦੇ ਬੰਦਿਆਂ 'ਚ ਸਾਡੀਆਂ 'ਚ ਗਲਤੀਆਂ ਨੇ। ਨਹੀਂ ਕਮਲ ਆਪਾਂ ਗਲਤ ਗੱਲ ਹੀ ਨਹੀਂ ਕਰਨੀ ਬਾਈ ਕੋਈ, ਠੀਕ ਹੈ, ਦੱਬਣਾ ਆਪਾਂ ਕਿਹੜਾ ਗਲਤ ਗਿਆ ਵੀ ਫੈਡਰੇਸ਼ਨਾਂ ਬਾਅਦ ਵਿੱਚ ਕੈਂਪ ਲਾਉਣ, ਖਿਡਾਰੀਆਂ ਨੂੰ ਦੱਸਣ ਵੀ ਆਹ ਟੀਕਾ ਆਹ ਫੀਮ ਜਾਂ ਆਹ ਗੋਲੀ 'ਚ ਆਹ ਸ਼ਾਟ ਹੁੰਦਾ, ਸਾਰਾ ਕੁਛ ਉਹਨਾਂ ਨੂੰ ਦੱਸਿਆ ਤਾਂ ਜਾਵੇ ਨਾ, ਉਹ ਬਚ ਸਕਣ। ਫਿਰ ਹੁਣ ਜਿਹੜੇ 10 ਤੋਂ 15 ਖਿਡਾਰੀ ਬੈਨ ਹੋਏ ਨੇ, ਉਹ ਫੀਮ ਦਾ ਉਹਨਾਂ ਦੇ ਵਿੱਚ ਫੀਮ ਦਾ ਸ਼ਾਟ ਮਿਲਿਆ, ਉਹ ਕਿਸੇ ਗੋਲੀ 'ਚ ਵੀ ਆਮ ਪਤਾ ਆਪਾਂ ਨੂੰ ਦਰਦਾ ਹੀ ਗੋਲੀ 'ਚ ਹੁੰਦਾ, ਫਿਰ ਜੇ ਉਹਨਾਂ ਨੂੰ ਪਹਿਲੀ ਅਵੇਅਰ ਕੀਤਾ ਹੁੰਦਾ ਵੀ ਭਾਈ ਆਹ ਜੀ ਚਾਹ ਆ ਸਕਦਾ, ਫਿਰ ਕਿਉਂ ਲਾਉਂਦੇ? ਲੈਂਦੇ ਉਹ ਨਹੀਂ ਲੈਂਦੀ ਨਾ, ਠੀਕ ਨਹੀਂ, ਜਦੋਂ ਪਤਾ ਹੀ ਨਹੀਂ ਆਪਣੀ ਨੌਲੇਜ ਹੈ ਨਹੀਂ, ਕਬੱਡੀ ਨੇ ਇੰਨੀ ਤਰੱਕੀ ਨਹੀਂ ਕਰੀ ਆਪਣੀ ਨੇ ਹਜੇ। ਕੱਪ ਵੀਕ 'ਚ 3 ਕੱਪ ਬਹੁਤ ਆ, ਪਰ ਪੈਸਾ ਨਹੀਂ ਆਉਣਾ, ਫਿਰ ਪਲੇਅਰਾਂ ਤੱਕ ਮਤਲਬ ਹੀ ਹੈ ਨਹੀਂ ਕੋਈ ਯਾਰ, ਕਿਸੇ ਨੂੰ ਪਲੇਅਰਾਂ ਤੱਕ ਕੋਈ ਮਤਲਬ ਨਹੀਂ। ਆਪਣੇ ਕਬੱਡੀ ਤਾਂ ਹੀ ਮਤਲਬ ਹੀ ਹੈ ਨਹੀਂ ਕਿਸੇ ਨੂੰ, ਸਿਰਫ ਆਪਦੇ ਪੈ। ਸਹੀ ਗੱਲ ਆ ਬਾਈ, ਆਹ ਦੀਪਕ ਉੱਪਲ ਆ ਗਿਆ ਬਾਈ, ਸੁਣਦਾ ਮੇਰੀ ਗੱਲ। ਦੀਪਕ ਉੱਪਲ ਬਾਈ ਜਿਹੜੀ ਤੂੰ ਪੋਸਟ ਡਿਲੀਟ ਕੀਤੀ ਉਹ ਚੀਜ਼ ਦਾ ਦੁੱਖ ਲੱਗਾ ਮੈਨੂੰ ਬਹੁਤ ਜ਼ਿਆਦਾ, ਠੀਕ ਹੈ। ਤੂੰ ਲੈਬ ਹੋਇਆ, ਲੈਬ 'ਚ ਬਹੁਤ ਸੋਹਣੀਆਂ ਗੱਲਾਂ ਕਹੀਆਂ, ਪਰ ਲੈਬ ਯਾਰ ਪੋਸਟ ਡਿਲੀਟ ਕਰਨ ਦਾ ਤੇਰਾ ਮਕਸਦ ਹੀ ਨਹੀਂ ਕੋਈ ਆ, ਨਾਲ ਤੂੰ ਮੈਨੂੰ ਤੂੰ ਲੈਬ 'ਚ ਕਿਹਾ ਮੇਰੇ ਲਈ ਪਰੂਫ ਹੈਗੇ ਨੇ ਕਿੱਥੋਂ ਪੈਸੇ ਪਾਏ, ਫਿਰ ਤੈਨੂੰ ਡਿਲੀਟ ਕਰਨ ਦੀ ਲੋੜ ਨਹੀਂ ਸੀ ਬਾਈ, ਠੀਕ ਹੈ। ਬਾਕੀ ਬਾਅਦ 'ਚ ਵੀ ਆਪਾਂ ਫੋਨ 'ਤੇ ਗੱਲ ਕਰਾਂਗੇ। ਇੱਕ ਪੁਆਇੰਟ ਮੇਰਾ ਜਿਹੜਾ ਮੈਂ ਪਹਿਲਾਂ ਬੋਲਿਆ ਉਹ ਵੀ ਦੀਪਕ ਤੂੰ ਵੀ ਨੋਟ ਕਰ ਲਈ ਵੀ ਦੋਨੇ ਲਿਸਟਾਂ 'ਚ ਸੰਦੀਪ ਦੇ ਡੈਡੀ ਦਾ ਨਾਂ ਸੇਮ ਹੀ ਆ, ਸੋਹਣ ਸਿੰਘ, ਬਾਕੀ ਉਹ ਨੋਮ ਨਾਲ ਗਲਤ ਆ, ਠੀਕ ਹੈ, ਇਹ ਚੀਜ਼ ਜ਼ਰੂਰ ਧਿਆਨ 'ਚ ਰੱਖੀ। ਨੂੰ ਕੋਈ ਬਾਈ ਆਪ ਸੇਵਾ ਨਹੀਂ ਕਰ ਰਿਹਾ ਇੱਥੇ, ਠੀਕ ਹੈ, ਹੱਕ ਭੇਜਿਆ ਨੂੰ ਸਾਰੇ ਮਾੜਾ ਕਹੀ ਜਾਂਦੇ ਜਿਹੜੇ ਸੇਵਾ ਕਰਦੇ ਆ, ਅਸੀਂ ਕਿਹ ਤੋਂ ਪੈਸਾ ਮੰਗ ਕੇ ਲੈਂਦੇ ਹਾਂ ਯਾਰ, ਕੀ ਕਰਦੇ ਹਾਂ ਅਸੀਂ? ਉਹ ਨਾ ਤਾਂ ਅਸੀਂ ਆਪਦਾ ਚੈਨਲ ਦਾ ਸਬਸਕ੍ਰਾਈਬਰ ਵਧਾਉਣੇ ਆ ਭਰਾਵੋ, ਜਿਹੜਾ ਜਿਨ੍ਹਾਂ ਨੂੰ ਸਾਡਾ ਪੇਜ ਨਹੀਂ ਚੰਗਾ ਲੱਗਦਾ ਲਾਈਕ ਕਰ ਦਿਓ ਯਾਰ, ਨੋ ਪ੍ਰੋਬਲਮ, ਅਸੀਂ ਇੱਥੇ ਕੁਛ ਹੋਰ ਨਹੀਂ ਬੈਠੇ।
ਵੀਰੇ ਆਪਾਂ ਕਿਸੇ ਦਾ ਸਾਥ ਨਹੀਂ ਦੇਣਾ। ਵਧੀਆ ਜੇ ਭਾਈ, ਮੈਂ ਤਾਂ ਕਹਿਣਾ ਦੀਪਕ ਨੂੰ ਵੀ ਭਾਈ ਗੁੱਡ ਜੋਬ, ਇਹ ਲੈਬ ਹੋ ਕੇ ਦੀਪਕ ਨੇ ਬਹੁਤ ਸੋਹਣੀਆਂ ਗੱਲਾਂ ਬੋਲੀਆਂ ਨੇ, ਆਪਾਂ ਨੂੰ ਵਧੀਆ ਲੱਗੀਆਂ, ਠੀਕ ਹੈ, ਪਰ ਪੋਸਟ ਨਹੀਂ ਡਿਲੀਟ ਕਰਨੀ ਬਾਈ, ਇਹ ਗੱਲ ਦੀ ਚਰਚਾ। ਅਤੇ ਬਾਕੀ ਉਹ ਫੇਕ ਲਿਖ ਕੇ ਨਹੀਂ ਪਾਉਣਾ ਯਾਰ, ਸਾਰੇ ਜਨਤਕ ਹੋਣੇ ਚਾਹੀਦੇ ਨੇ, ਜਿਹੜੇ ਪਾਸ ਹੋਏ ਨੇ ਉਹਨਾਂ ਨੇ ਵੀ ਜਨਤਕ ਹੋਣੀ ਚਾਹੀਦੀ ਹੈ। ਬਾਕੀ ਯਾਰ ਹੁਣ ਮੈਂ ਕੀ ਦੱਸਾਂ, ਮੈਂ ਡਰੋਪ ਹੁੰਦੇ ਦੇਖੇ, ਹੁਣ ਮੈਂ ਦੱਸ ਨਹੀਂ ਸਕਦਾ ਵੀ ਕਿੱਦਾਂ ਡਰੋਪ ਹੁੰਦੇ ਆ, ਹੁਣ ਛੱਡੋ ਉਹ ਚੀਜ਼ਾਂ ਦਾ, ਉਹਦੇ ਮਗਰ ਨਹੀਂ ਆਪਾਂ ਪੈਣਾ। ਮੈਂ ਤਾਂ ਬਸ ਇਹੀ ਚੀਜ਼ ਕਹਿਣੀ ਸੀ ਵੀ ਜਿਹੜੇ ਭੇਜਿਆ ਇਹਨੂੰ ਮਾੜਾ ਕਹਿੰਦੇ ਆ, ਅਤੇ ਪਲੀਜ਼ ਉਹ ਮਾੜਾ ਨਾ ਕਹੋ, ਅਸੀਂ ਕਿਸੇ ਤੋਂ ਕੁਛ ਲੈ ਕੇ ਨਹੀਂ ਖਾਂਦੇ, ਠੀਕ ਹੀ ਨਹੀਂ ਗੱਲ। ਅਸੀਂ ਤਾਂ ਜਸਟ, ਸਾਨੂੰ ਤਾਂ ਪਲੇਅਰ ਆਹ ਕਰ ਦਿੰਦੇ, ਆਹ ਫੋਟੋ ਪਾਓ, ਸਾਡੀ ਵੀਡੀਓ ਪਾਓ, ਪਲੇਅਰ ਸਾਡੇ ਨੇ ਆਪਣੇ ਨਾਲ ਵਧੀਆ, ਠੀਕ ਹੈ, ਸਾਰਿਆਂ ਦੀ ਆਹ ਕਰ ਦਿੰਦੇ, ਅਸੀਂ ਪਾ ਦਿੰਦੇ ਹਾਂ, ਸਾਨੂੰ ਕਿਹੜਾ ਕੋਈ ਰੋਟੀ ਦਿੰਦਾ, ਪਰ ਉਹ ਰੋਟੀ ਤਾਂ ਅਸੀਂ ਆਪਦੇ ਘਰੋਂ ਖਾਣੀ ਹੈ, ਠੀਕ ਨਹੀਂ ਗੱਲ। ਨਾ ਸਾਨੂੰ ਕੋਈ ਲੈਬ ਕਿਰਾਏ ਦੇ ਪੈਸੇ ਦਿੰਦਾ, ਨਾ ਸਾਨੂੰ ਕੋਈ ਫੁਟਰੇਸ ਨਾ ਹੀ ਫੀਸ ਦਿੰਦੇ ਆ। ਸੁੱਖੇ ਪਏ ਸੰਦੀਪ ਦੇ ਸਲੂਨ ਦੀ ਕੀਮ ਉਹ ਵੀਰੇ ਯਾਰ, ਠੀਕ ਆ ਜੇ ਉਹਨਾਂ 'ਚ ਗਲਤੀ ਯਾਰ, ਹੁਣ ਉਹਨਾਂ ਦਾ ਯਾਰ ਫੁਟਰੀ, ਹੁਣ ਮੈਂ ਇਹ ਚੀਜ਼ ਡੂੰਘਾਈ 'ਚ ਨਹੀਂ ਜਾਣਾ ਚਾਹੁੰਦਾ, ਠੀਕ ਨਹੀਂ ਗੱਲ। ਉਹਨਾਂ ਦਾ ਹੈਗਾ ਕੋਈ ਚੱਕਰ ਫੁਟਰੀਸ ਨਾਲ, ਠੀਕ ਆ, ਉਹ ਸੁਲਤਾਨ ਆਪਦੇ ਲੈਬ 'ਚ, ਸੁਲਤਾਨ ਦਾ ਦੇਖ ਲਿਓ ਜਾ ਕੇ ਲੈਬ, ਉਹਨੇ ਸੁਲਤਾਨ ਨੇ ਸਾਰਾ ਕੁਛ ਬੋਲਤਾ ਉਹ ਲੈਬ ਦੇ ਵਿੱਚ, ਠੀਕ ਹੈ। ਕਿਉਂਕਿ ਹੁਣ ਤੂੰ ਜੇ ਮੈਂ ਇੱਥੇ ਕੁਛ ਬੋਲੂੰ, ਲੋਕਾਂ ਨੇ ਕਹਿਣਾ ਇਹ ਸੰਦੀਪ ਦੀ ਸਾਈਡ ਲੈ ਰਿਹਾ, ਵੀ ਸੰਦੀਪ ਦਾ ਉਹਨਾਂ, ਆਪਾਂ ਸਾਈਡ ਨਹੀਂ ਲੈਂਦੇ, ਉਹ ਜਾ ਕੇ ਦੇਖ ਲਓ ਉੱਥੇ ਬੋਲਤਾ ਸਾਰਾ ਕੁਛ, ਠੀਕ ਹੈ। ਉਹ ਸੰਦੀਪ ਅਤੇ ਸੁਲਤਾਨ ਨਾਲ ਤਾਂ 10-15-40 ਵਾਧੂ ਦੇ ਟੰਗੇ ਗਏ। ਹੁਣ ਮੇਰੇ, ਹੁਣ ਪਲੀਜ਼ ਮੇਰੀ ਦੁਬਾਰੇ ਫੇਰ ਬੇਨਤੀ ਆ ਵੀ ਬਿੱਟੂ ਭਾਅ ਜੀ, ਲੱਕੀ ਭਾਅ ਜੀ, ਹੁਣ ਤੁਸੀਂ ਪਲੀਜ਼ ਸਾਨੂੰ ਜ਼ਰੂਰ ਦੱਸ ਦਿਓ, ਪਹਿਲਾਂ ਭੇਜਿਆ ਇਹਨੂੰ ਸਾਨੂੰ ਮਾੜਾ ਕਹਿੰਦੇ ਸੀ, ਵੀ ਨਵੀਂ ਲਿਸਟ ਅਤੇ ਪੁਰਾਣੀ ਲਿਸਟ 'ਚ ਫਰਕ ਕੀ ਆ। ਬਸ ਤੁਹਾਨੂੰ ਮੈਂ ਸਭ ਤੋਂ ਵੱਡਾ ਪੁਆਇੰਟ ਇੱਕ ਦੱਸ ਚੁੱਕਿਆ ਪਹਿਲਾਂ, ਜੇ ਨਹੀਂ ਉਹ ਪੁਆਇੰਟ ਸਹੀ ਆ ਤਾਂ ਫਿਰ ਫਰਕ ਕੀ ਆ, ਠੀਕ ਹੈ। ਪਲੀਜ਼ ਦੋਨਾਂ ਨੂੰ ਬੇਨਤੀ ਆ, ਜੇ ਕਿਸੇ ਆਪਾਂ ਫੈਡਰੇਸ਼ਨਾਂ ਕੰਮ ਕਰਨ, ਵਧੀਆ ਕਰਨ, ਠੀਕ ਨਹੀਂ ਗੱਲ। ਪਰ ਪਲੀਜ਼ ਬਾਹਰ ਜਦੋਂ ਆਫ ਸੀਜ਼ਨ ਹੋ ਜਾਂਦਾ ਨਾ, ਦੋਨੇ ਫੈਡਰੇਸ਼ਨ ਨੂੰ ਬੇਨਤੀ ਹੈ ਕਿ ਕੈਂਪ ਲਾਇਆ ਕਰੋ, ਪਲੇਅਰਾਂ ਨੂੰ ਦੱਸਿਆ ਕਰੋ ਵੀ ਆਹ ਚੀਜ਼ ਤੁਹਾਡੇ ਲਈ ਮਾੜੀ ਆ, ਆਹ ਚੀਜ਼ ਤੁਹਾਡੇ ਲਈ ਚੰਗੀ ਹੈ। ਕਿਉਂਕਿ ਤੁਹਾਡੇ ਕੋਲ ਤਾਂ ਪੈਸਾ ਯਾਰ, ਤੁਹਾਡੇ ਕੋਲ ਤਾਂ ਸਾਧਨ ਹੈ, ਸਾਰਾ ਕੁਝ ਦੱਸ ਸਕਦੇ ਹੋ ਤੁਸੀਂ, ਡੇਲੀ ਤੁਹਾਡੇ ਕੱਪ ਆਉਂਦੇ ਨੇ, ਡੇਲੀ ਤੁਹਾਨੂੰ ਇੰਨੀਆਂ ਇੰਨੀਆਂ ਫੀਸਾਂ ਬਣਦੀਆਂ ਨੇ। ਠੀਕ ਨਹੀਂ ਗੱਲ। ਹੁਣ ਜੇ ਆਪਾਂ ਭਾਈ ਗਲਤ ਹੋਏ ਤਾਂ, ਜੇ ਕਿਸੇ ਨੂੰ ਆਪਣੀ ਗੱਲ ਬੁਰੀ ਲੱਗੀ ਤਾਂ ਮਾਫ਼ ਕਰਿਓ, ਮੈਂ ਇੰਨਾ ਕੁ ਜਵਾਰੇ ਫੀਲ ਕਹਿਣਾ। ਹੈਲੋ ਕੋਡੀ ਲਵ ਨਿਊਜ਼ੀਲੈਂਡ, ਥੈਂਕ ਯੂ ਜੀ, ਥੈਂਕ ਯੂ। ਸੁਲਤਾਨ ਟੀਮ ਪੰਜਾਬੀ 'ਤੇ ਲਾਈਵ ਹੋਇਆ ਸੀ ਬਾਈ, ਯੂਟਿਊਬ ਚੈਨਲ 'ਤੇ ਉਹਨਾਂ ਦਾ ਟੀਮ ਪੰਜਾਬੀ 'ਤੇ ਸਰਚ ਮਾਰ ਲਿਓ, ਉੱਥੇ ਲਾਈਵ ਹੋਇਆ ਸੀ, ਉੱਥੇ ਲੱਗ ਜੂ ਪਤਾ। ਵੀਰੇ ਮੈਨੂੰ ਨਹੀਂ ਪਤਾ ਇਹਦੇ ਬਾਰੇ, ਖੇਡਣਾ ਨਾ ਖੇਡਣਾ ਤਾਂ ਠੀਕ ਹੈ, ਟੈਸਟ ਹੋਣ ਯਾਰ, ਵਧੀਆ ਟੈਸਟ ਹੋਏ ਨੇ, ਪਰ ਟੈਸਟ ਕਿਸ ਹਿਸਾਬ ਦੇ ਹੋਏ ਨੇ ਹੁਣ ਇਹਦੇ ਬਾਰੇ ਵੀ ਨਹੀਂ ਬੋਲਣਾ ਆਪਾਂ। ਨਹੀਂ ਬਾਈ, ਉਹ ਆਪਦੀ ਜਗ੍ਹਾ ਸਹੀ ਨੇ, ਠੀਕ ਨਹੀਂ ਗੱਲ, ਆਪਾਂ ਆਪਦੀ ਜਗ੍ਹਾ ਸਹੀ ਹਾਂ, ਠੀਕ ਨਹੀਂ ਗੱਲ, ਆਪਾਂ ਸਾਰੇ ਭਰਾ ਹੀ ਹਾਂ, ਠੀਕ ਹੈ। ਜਗਦੇਵ ਬਰਾੜ ਵੀਰੇ ਮੈਂ ਇਹੀ ਗੱਲ ਆਖੀ ਹੈ, ਖਿਡਾਰੀਆਂ ਨੂੰ ਜਾਣਕਾਰੀ ਹੈ ਨਹੀਂ ਵੀ ਕਿਹੜੀ ਚੀਜ਼ 'ਚ ਨਸ਼ਾ ਹੈਗਾ, ਕਿਹੜੀ 'ਚ ਨਹੀਂ ਹੈਗਾ, ਉਹਨੂੰ ਦੱਸਣ ਤਾਂ ਸਹੀ। ਡਾਕਟਰ ਪਹਿਲਾਂ ਜਦੋਂ ਫੈਡਰੇਸ਼ਨਾਂ ਨੇ ਵੀ ਡੋਪ ਟੈਸਟ ਸ਼ੁਰੂ ਕੀਤੀ ਸੀ, ਉਦੋਂ ਆ ਕੇ ਦੱਸਦੇ ਉਹਨਾਂ ਨੂੰ ਵੀ ਭਾਈ ਤੁਸੀਂ ਆਹ ਗੋਲੀ ਖਾਣੀ, ਆਹ ਗੋਲੀ ਨਹੀਂ ਖਾਣੀ, ਉਦੋਂ ਦੱਸਿਆ ਤਾਂ ਹੈ ਨਹੀਂ ਕਿਸੇ ਨੇ। ਇੱਥੇ
ਗਲਤ ਕੁਛ ਆਪਦੇ ਆਪ ਨੂੰ ਫੈਡਰੇਸ਼ਨਾਂ ਵੀ ਆਪਦੇ ਆਪ ਨੂੰ ਸਹੀ ਨਾ ਕਹਿਣ, ਗਲਤ ਠੀਕ ਨਹੀਂ ਗੱਲ। ਬਿਲਕੁਲ ਨਵੀਂ ਪਨੀਰ ਤਿਆਰ ਫਿਰ ਹੀ ਹੋਊਗੀ ਜੇ ਆਪਾਂ ਕੈਂਪ ਲਾਵਾਂਗੇ। ਉਹ ਹਜੇ ਤੱਕ ਪ੍ਰਾਈਵੇਟ ਬੰਦੇ ਕੈਂਪ ਲਾਈ ਜਾਂਦੇ, ਜਿਹਨਾਂ ਫੈਡਰੇਸ਼ਨਾਂ ਕੋਲ ਪੈਸਾ ਇਕੱਠਾ ਆਉਂਦਾ ਉਹ ਕੰਪਨੀ ਲਾਉਂਦੀਆਂ ਕੋਈ। ਹੁਣ ਬਿੱਟੂ ਅਤੇ ਬਿੱਟੂ ਭਾਅ ਜੀ, ਤੁਸੀਂ ਫੇਸਬੁੱਕ ਕਿਹਾ ਸੀ ਅਸੀਂ ਫੇਸਬੁੱਕ ਨਹੀਂ ਚਲਾਉਂਦੇ, ਤਾਂ ਪਲੀਜ਼ ਸਾਡੇ ਪੇਜ ਦਾ ਸੁਨੇਹਾ ਉਹਨਾਂ ਤੱਕ ਜ਼ਰੂਰ ਲੈ ਕੇ ਜਾਇਓ ਸਾਰੇ, ਵੀ ਤੁਸੀਂ ਦੱਸਿਓ ਨਵੀਂ ਲਿਸਟ ਅਤੇ ਪੁਰਾਣੀ ਲਿਸਟ 'ਚ ਫਰਕ ਕੀ ਹੈ। ਫਰਕ ਇੰਨਾ ਵੀ ਉੱਥੇ ਤੁਸੀਂ ਨੌਰਥ ਇੰਡੀਆ ਫੈਡਰੇਸ਼ਨ ਦਾ ਬਸ ਲੋਗੋ ਲਾਤਾ ਉੱਪਰਲੇ ਪਾਸੇ, ਨੌ ਸਾਰਾ ਕੁਛ ਸੇਮ ਆ, ਠੀਕ ਹੈ, ਉਹ ਤਾਂ ਕੋਈ ਚੇਂਜ ਹੈ ਨਹੀਂ। ਲੱਕੀ ਕਰਾਲੀ ਭਾਅ ਜੀ, ਤੁਸੀਂ ਅਸੀਂ ਭਾਅ ਜੀ ਕੋਈ ਕ੍ਰੈਡਿਟ ਨਹੀਂ ਲੈਣਾ, ਸਾਡੇ ਪੇਜ ਨੂੰ ਕੋਈ ਕ੍ਰੈਡਿਟ ਨਾ ਦਿਓ, ਠੀਕ ਨਹੀਂ ਗੱਲ। ਅਸੀਂ ਨਹੀਂ ਕੋਈ ਕ੍ਰੈਡਿਟ ਭਾਲਦੇ, ਜਿਹਨੇ ਕ੍ਰੈਡਿਟ ਲੈਣਾ ਲਓ, ਜਿਹਨੇ ਨਹੀਂ ਲੈਣਾ ਨਾ ਲਓ, ਜਿਹਨੇ ਸਾਡਾ ਪੇਜ ਇਹਨੂੰ ਚੰਗਾ ਲੱਗਦਾ ਲਾਈਕ ਕਰ ਲਿਓ, ਜਿਹਨੂੰ ਨਹੀਂ ਚੰਗਾ ਲੱਗਦਾ ਅਨਲਾਈਕ ਕਰ ਦਿਓ, ਨੋ ਪ੍ਰੋਬਲਮ। ਵੀਰੇ ਸੁਲਤਾਨ ਮੈਂ ਦੁਬਾਰਾ ਫਿਰ ਦੱਸਦਾ, ਸੁਲਤਾਨ ਟੀਮ ਪੰਜਾਬੀ ਪੇਜ 'ਤੇ ਲਾਈਵ ਹੋਇਆ ਸੀ, ਉੱਥੇ ਜਾ ਕੇ ਚੈੱਕ ਕਰ ਸਕਦੇ ਹੋ, ਠੀਕ ਹੈ। ਬਾਕੀ ਹੁਣ ਆਪ ਬਸ ਮੈਂ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਹੁਣ ਜੇ ਕੋਈ ਹੋਰ ਪੁੱਛਣਾ ਕੁਛ ਤਾਂ ਪੁੱਛ ਸਕਦੇ ਹੋ, ਬਾਕੀ ਪੁੱਛਣਾ ਗੱਲ ਤਾਂ ਆਪਾਂ ਚੱਲ ਫਿਰ ਰੱਖ ਲਾਂਗੇ। ਹੁਣ ਤਾਂ ਆਪਾਂ ਸਿਰਫ ਇੰਨੀ ਇਹੀ ਗੱਲ ਦੇ ਬਾਰੇ ਗੱਲਬਾਤ ਕਰਨੀ ਸੀ ਆਪਾਂ, ਠੀਕ ਨਹੀਂ ਗੱਲ। ਵੀਰੇ ਚੱਲ ਆਪਾਂ ਕੁਛ ਨਹੀਂ, ਆਪਾਂ ਕਿਸੇ ਬਾਰੇ ਵੀਰੇ ਮਾੜਾ ਚੰਗਾ ਬੋਲਣਾ, ਠੀਕ ਹੈ। ਆਪਾਂ ਤਾਂ ਇਹੀ ਕਹਿਣਾ ਸੀ ਜੋ ਪਿੰਡਾਂ ਪੇਜਾਂ ਨੂੰ ਮਾੜਾ ਕਿਹਾ ਗਿਆ, ਪੇਜਾਂ ਕਿਹਦੇ ਘਰ ਰੋਟੀ ਮੰਗਣ ਜਾਂਦੇ ਨੇ, ਬਸ ਆਹ ਦੱਸ ਦਿਓ, ਠੀਕ ਹੈ। ਚਲੋ ਹੁਣ ਆਪਾਂ ਜੋ ਕੁਛ ਕਹਿਣਾ ਸੀ ਕਹਿ ਚੁੱਕੇ ਹਾਂ, ਜੇ ਕਿਸੇ ਨੂੰ ਮਾੜਾ ਲੱਗਿਆ ਤਾਂ ਮਾਫ਼ ਕਰਿਓ। ਬਾਕੀ ਆਹ ਸੁਨੇਹਾ ਜ਼ਰੂਰ ਸਾਡਾ ਲੱਕੀ ਕਰਾਲੀ ਤੱਕ ਅਤੇ ਬਿੱਟੂ ਭਾਈ ਜੀ ਤੱਕ ਜ਼ਰੂਰ ਪਹੁੰਚਾ ਦਿਓ, ਠੀਕ ਹੈ। ਚਲੋ ਵੀਰ, ਓਕੇ, ਸਤਿ ਸ਼੍ਰੀ ਅਕਾਲ। ਜੇ ਮਾੜਾ ਚੰਗਾ ਬੋਲਿਆ ਗਿਆ ਤਾਂ ਮਾਫ਼ ਕਰਿਓ। ਚਲੋ ਓਕੇ ਵੀਰੋ, ਸਤਿ ਸ਼੍ਰੀ ਅਕਾਲ।